ਸਾਡੇ ਨਾਲ ਇਸ ਟਾਈਮ ਮੌਜੂਦ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਸ਼ੈਰੀ ਕਲਸੀ ਜੀ, ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸ਼ੈਰੀ ਜੀ, ਗੱਲ ਕਰੀਏ ਕਿ ਅੱਜ ਤੁਸੀਂ ਇੱਥੇ ਜਲੰਧਰ ਪਹੁੰਚੇ ਹੋ ਬਾਏ ਇਲੈਕਸ਼ਨ, ਇਹ ਕੀ ਲੱਗਦਾ ਇੱਥੋਂ ਸੀਟ ਫਤਿਹ ਕਰਾਂਗੇ ਆਪਾਂ? ਬਿਲਕੁਲ ਜੀ, ਮੈਂ ਦੱਸਣਾ ਚਾਹੁੰਦਾ ਵਾਂ ਵੀ ਲੋਕ ਜਲੰਧਰ ਦੇ ਚਾਹੁੰਦੇ ਨੇ ਵੀ ਇੱਕ ਸ਼ਰੀਫ ਆਦਮੀ ਨੂੰ ਮੌਕਾ ਦਿੱਤਾ ਜਾਵੇ, ਤਾਂ ਜੋ ਕਿ ਜਿਹੜੇ ਸਾਡੇ 2.5 ਸਾਲ ਸਰਕਾਰ ਰਹਿੰਦੀ ਹੈ, ਵੀ 2.5 ਸਾਲ ਦਾ ਜਿਹੜਾ ਜਲੰਧਰ ਦਾ ਰੁਕਿਆ ਹੋਇਆ ਵਿਕਾਸ ਸੀ, ਜਿਹੜੇ ਕਿ ਆਗੂਆਂ ਕਰਕੇ ਮੈਂ ਕਹਿ ਸਕਦਾ, ਉਹਨਾਂ ਦੀ ਸਪੀਡ ਜਿਹੜੀ ਵਿਕਾਸ ਦੀ ਵਧੇ। ਪਰ ਦੇਖਿਆ ਜਾਵੇ ਕਿ ਅਸੀਂ ਵੀ ਲੋਕਾਂ ਦੇ ਵਿੱਚ ਵਿਚ ਰਹੇ ਹਾਂ, ਪਰ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਨੇ ਸੀਵਰੇਜ ਨੂੰ ਲੈ ਕੇ, ਗੰਦੇ ਪਾਣੀ ਨੂੰ ਲੈ ਕੇ, ਕਿਵੇਂ ਉਹਨੂੰ ਹੱਲ ਕੀਤਾ ਜਾਵੇਗਾ? ਦੇਖੋ ਜੀ, ਇਹ ਤਾਂ ਮੈਂ ਕਹਿ ਸਕਦਾ ਵੀ ਹੱਲੇ ਕੰਮ ਜਿਹੜਾ ਵਾ, ਹੁਣ ਕੌਂਸਲਰ ਦੀਆਂ ਇਲੈਕਸ਼ਨਾਂ ਆ ਗਈਆਂ ਨੇ, ਜਦੋਂ ਸਾਡੇ ਮੇਅਰ ਬਣਨਗੇ ਤਾਂ ਹੀ ਕਾਰਪੋਰੇਸ਼ਨਾਂ ਦਾ ਕੰਮ ਹੋਊਗਾ। ਸੋ ਜਦੋਂ ਵੀ ਇਹ ਕੌਂਸਲਰਾਂ ਦੀਆਂ ਇਲੈਕਸ਼ਨਾਂ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਮੇਅਰ ਬਣਦੇ ਨੇ, ਇਸ ਕੰਮਾਂ ਨੂੰ ਸਾਰੇ ਨੂੰ ਜੰਗੀ ਪੱਧਰ 'ਤੇ ਰੱਖ ਕੇ ਆਪਾਂ ਕੰਮ ਕਰਵਾਵਾਂਗੇ। ਇਹ ਸਨ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਸ਼ੈਰੀ ਕਲਸੀ, ਜਿਨ੍ਹਾਂ ਨੇ ਕਿਹਾ ਕਿ ਸਾਡਾ ਉਮੀਦਵਾਰ ਬਣੇਗਾ ਜਲੰਧਰ ਵੈਸਟ ਦੇ ਵਿੱਚੋਂ, ਅਸੀਂ ਫਤਵਾ ਹਾਸਲ ਕਰਾਂਗੇ ਅਤੇ ਔਰ ਜਿਹੜੇ ਲੋਕਾਂ ਦੇ ਕੰਮ ਰੁਕੇ ਹੋਏ ਨੇ ਜਲਦ ਅਸੀਂ ਕਰਵਾਵਾਂਗੇ। ਜਲੰਧਰ ਤੋਂ ਕੈਮਰਾਮੈਨ ਰਾਜੂ ਦੇ ਨਾਲ ਅੰਕਿਤ ਜੁਨੇਜਾ, ਤੇਲਗਾ ਪੰਜਾਬੀ ਵੀ। ਸਾਡੇ ਨਾਲ ਇਸ ਟਾਈਮ ਮੌਜੂਦ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਸ਼ੈਰੀ ਕਲਸੀ ਜੀ, ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸ਼ੈਰੀ ਜੀ, ਗੱਲ ਕਰੀਏ ਕਿ ਅੱਜ ਤੁਸੀਂ ਇੱਥੇ ਜਲੰਧਰ ਪਹੁੰਚੇ ਹੋ ਬਾਏ ਇਲੈਕਸ਼ਨ, ਇਹ ਕੀ ਲੱਗਦਾ ਇੱਥੋਂ ਸੀਟ ਫਤਿਹ ਕਰਾਂਗੇ ਆਪਾਂ? ਬਿਲਕੁਲ ਜੀ, ਮੈਂ ਦੱਸਣਾ ਚਾਹੁੰਦਾ ਵਾਂ ਵੀ ਲੋਕ ਜਲੰਧਰ ਦੇ ਚਾਹੁੰਦੇ ਨੇ ਵੀ ਇੱਕ ਸ਼ਰੀਫ ਆਦਮੀ ਨੂੰ ਮੌਕਾ ਦਿੱਤਾ ਜਾਵੇ, ਤਾਂ ਜੋ ਕਿ ਜਿਹੜੇ ਸਾਡੇ 2.5 ਸਾਲ ਸਰਕਾਰ ਰਹਿੰਦੀ ਹੈ, ਵੀ 2.5 ਸਾਲ ਦਾ ਜਿਹੜਾ ਜਲੰਧਰ ਦਾ ਰੁਕਿਆ ਹੋਇਆ ਵਿਕਾਸ ਸੀ, ਜਿਹੜੇ ਕਿ ਆਗੂਆਂ ਕਰਕੇ ਮੈਂ ਕਹਿ ਸਕਦਾ, ਉਹਨਾਂ ਦੀ ਸਪੀਡ ਜਿਹੜੀ ਵਿਕਾਸ ਦੀ ਵਧੇ। ਪਰ ਦੇਖਿਆ ਜਾਵੇ ਕਿ ਅਸੀਂ ਵੀ ਲੋਕਾਂ ਦੇ ਵਿੱਚ ਵਿਚ ਰਹੇ ਹਾਂ, ਪਰ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਨੇ ਸੀਵਰੇਜ ਨੂੰ ਲੈ ਕੇ, ਗੰਦੇ ਪਾਣੀ ਨੂੰ ਲੈ ਕੇ, ਕਿਵੇਂ ਉਹਨੂੰ ਹੱਲ ਕੀਤਾ ਜਾਵੇਗਾ? ਦੇਖੋ ਜੀ, ਇਹ ਤਾਂ ਮੈਂ ਕਹਿ ਸਕਦਾ ਵੀ ਹੱਲੇ ਕੰਮ ਜਿਹੜਾ ਵਾ, ਹੁਣ ਕੌਂਸਲਰ ਦੀਆਂ ਇਲੈਕਸ਼ਨਾਂ ਆ ਗਈਆਂ ਨੇ, ਜਦੋਂ ਸਾਡੇ ਮੇਅਰ ਬਣਨਗੇ ਤਾਂ ਹੀ ਕਾਰਪੋਰੇਸ਼ਨਾਂ ਦਾ ਕੰਮ ਹੋਊਗਾ। ਸੋ ਜਦੋਂ ਵੀ ਇਹ ਕੌਂਸਲਰਾਂ ਦੀਆਂ ਇਲੈਕਸ਼ਨਾਂ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਮੇਅਰ ਬਣਦੇ ਨੇ, ਇਸ ਕੰਮਾਂ ਨੂੰ ਸਾਰੇ ਨੂੰ ਜੰਗੀ ਪੱਧਰ 'ਤੇ ਰੱਖ ਕੇ ਆਪਾਂ ਕੰਮ ਕਰਵਾਵਾਂਗੇ। ਇਹ ਸਨ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਸ਼ੈਰੀ ਕਲਸੀ, ਜਿਨ੍ਹਾਂ ਨੇ ਕਿਹਾ ਕਿ ਸਾਡਾ ਉਮੀਦਵਾਰ ਬਣੇਗਾ ਜਲੰਧਰ ਵੈਸਟ ਦੇ ਵਿੱਚੋਂ, ਅਸੀਂ ਫਤਵਾ ਹਾਸਲ ਕਰਾਂਗੇ ਅਤੇ ਔਰ ਜਿਹੜੇ ਲੋਕਾਂ ਦੇ ਕੰਮ ਰੁਕੇ ਹੋਏ ਨੇ ਜਲਦ ਅਸੀਂ ਕਰਵਾਵਾਂਗੇ। ਜਲੰਧਰ ਤੋਂ ਕੈਮਰਾਮੈਨ ਰਾਜੂ ਦੇ ਨਾਲ ਅੰਕਿਤ ਜੁਨੇਜਾ, ਤੇਲਗਾ ਪੰਜਾਬੀ ਟੀਵੀ। ਸਾਡੇ ਨਾਲ ਇਸ ਟਾਈਮ ਮੌਜੂਦ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਸ਼ੈਰੀ ਕਲਸੀ ਜੀ, ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸ਼ੈਰੀ ਜੀ, ਗੱਲ ਕਰੀਏ ਕਿ ਅੱਜ ਤੁਸੀਂ ਇੱਥੇ ਜਲੰਧਰ ਪਹੁੰਚੇ ਹੋ ਬਾਏ ਇਲੈਕਸ਼ਨ, ਇਹ ਕੀ ਲੱਗਦਾ ਇੱਥੋਂ ਸੀਟ ਫਤਿਹ ਕਰਾਂਗੇ ਆਪਾਂ? ਬਿਲਕੁਲ ਜੀ, ਮੈਂ ਦੱਸਣਾ ਚਾਹੁੰਦਾ ਵਾਂ ਵੀ ਲੋਕ ਜਲੰਧਰ ਦੇ ਚਾਹੁੰਦੇ ਨੇ ਵੀ ਇੱਕ ਸ਼ਰੀਫ ਆਦਮੀ ਨੂੰ ਮੌਕਾ ਦਿੱਤਾ ਜਾਵੇ, ਤਾਂ ਜੋ ਕਿ ਜਿਹੜੇ ਸਾਡੇ 2.5 ਸਾਲ ਸਰਕਾਰ ਰਹਿੰਦੀ ਹੈ, ਵੀ 2.5 ਸਾਲ ਦਾ ਜਿਹੜਾ ਜਲੰਧਰ ਦਾ ਰੁਕਿਆ ਹੋਇਆ ਵਿਕਾਸ ਸੀ, ਜਿਹੜੇ ਕਿ ਆਗੂਆਂ ਕਰਕੇ ਮੈਂ ਕਹਿ ਸਕਦਾ, ਉਹਨਾਂ ਦੀ ਸਪੀਡ ਜਿਹੜੀ ਵਿਕਾਸ ਦੀ ਵਧੇ। ਪਰ ਦੇਖਿਆ ਜਾਵੇ ਕਿ ਅਸੀਂ ਵੀ ਲੋਕਾਂ ਦੇ ਵਿੱਚ ਵਿਚ ਰਹੇ ਹਾਂ, ਪਰ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਨੇ ਸੀਵਰੇਜ ਨੂੰ ਲੈ ਕੇ, ਗੰਦੇ ਪਾਣੀ ਨੂੰ ਲੈ ਕੇ, ਕਿਵੇਂ ਉਹਨੂੰ ਹੱਲ ਕੀਤਾ ਜਾਵੇਗਾ? ਦੇਖੋ ਜੀ, ਇਹ ਤਾਂ ਮੈਂ ਕਹਿ ਸਕਦਾ ਵੀ ਹੱਲੇ ਕੰਮ ਜਿਹੜਾ ਵਾ, ਹੁਣ ਕੌਂਸਲਰ ਦੀਆਂ ਇਲੈਕਸ਼ਨਾਂ ਆ ਗਈਆਂ ਨੇ, ਜਦੋਂ ਸਾਡੇ ਮੇਅਰ ਬਣਨਗੇ ਤਾਂ ਹੀ ਕਾਰਪੋਰੇਸ਼ਨਾਂ ਦਾ ਕੰਮ ਹੋਊਗਾ। ਸੋ ਜਦੋਂ ਵੀ ਇਹ ਕੌਂਸਲਰਾਂ ਦੀਆਂ ਇਲੈਕਸ਼ਨਾਂ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਮੇਅਰ ਬਣਦੇ ਨੇ,
ਇਸ ਕੰਮਾਂ ਨੂੰ ਸਾਰੇ ਨੂੰ ਜੰਗੀ ਪੱਧਰ 'ਤੇ ਰੱਖ ਕੇ ਆਪਾਂ ਕੰਮ ਕਰਵਾਵਾਂਗੇ। ਇਹ ਸਨ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਸ਼ਹਿਰੀ ਕਲਸੀ, ਜਿਨ੍ਹਾਂ ਨੇ ਕਿਹਾ ਕਿ ਸਾਡਾ ਉਮੀਦਵਾਰ ਬਣੇਗਾ ਜਲੰਧਰ ਵੈਸਟ ਦੇ ਵਿੱਚੋਂ, ਅਸੀਂ ਫਤਵਾ ਹਾਸਲ ਕਰਾਂਗੇ ਅਤੇ ਹੋਰ ਜਿਹੜੇ ਲੋਕਾਂ ਦੇ ਕੰਮ ਰੁਕੇ ਹੋਏ ਨੇ ਜਲਦ ਅਸੀਂ ਕਰਵਾਵਾਂਗੇ। ਜਲੰਧਰ ਤੋਂ ਕੈਮਰਾਮੈਨ ਰਾਜੂ ਦੇ ਨਾਲ ਅੰਕਿਤ ਜੁਨੇਜਾ, ਤੇਲਗਾ ਪੰਜਾਬੀ ਵੀ। ਸਾਡੇ ਨਾਲ ਇਸ ਟਾਈਮ ਮੌਜੂਦ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਸ਼ਹਿਰੀ ਕਲਸੀ ਜੀ, ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸ਼ਹਿਰੀ ਜੀ, ਗੱਲ ਕਰੀਏ ਕਿ ਅੱਜ ਤੁਸੀਂ ਇੱਥੇ ਜਲੰਧਰ ਪਹੁੰਚੇ ਹੋ ਬਾਏ ਇਲੈਕਸ਼ਨ, ਇਹ ਕੀ ਲੱਗਦਾ ਇੱਥੋਂ ਸੀਟ ਫਤਿਹ ਕਰਾਂਗੇ ਆਪਾਂ? ਬਿਲਕੁਲ ਜੀ, ਮੈਂ ਦੱਸਣਾ ਚਾਹੁੰਦਾ ਵਾਂ ਵੀ ਲੋਕ ਜਲੰਧਰ ਦੇ ਚਾਹੁੰਦੇ ਨੇ ਵੀ ਇੱਕ ਸ਼ਰੀਫ ਆਦਮੀ ਨੂੰ ਮੌਕਾ ਦਿੱਤਾ ਜਾਵੇ, ਤਾਂ ਜੋ ਕਿ ਜਿਹੜੇ ਸਾਡੇ 2.5 ਸਾਲ ਸਰਕਾਰ ਰਹਿੰਦੀ ਹੈ, ਵੀ 2.5 ਸਾਲ ਦਾ ਜਿਹੜਾ ਜਲੰਧਰ ਦਾ ਰੁਕਿਆ ਹੋਇਆ ਵਿਕਾਸ ਸੀ, ਜਿਹੜੇ ਕਿ ਆਗੂਆਂ ਕਰਕੇ ਮੈਂ ਕਹਿ ਸਕਦਾ, ਉਹਨਾਂ ਦੀ ਸਪੀਡ ਜਿਹੜੀ ਵਿਕਾਸ ਦੀ ਵਧੇ। ਪਰ ਦੇਖਿਆ ਜਾਵੇ ਕਿ ਅਸੀਂ ਵੀ ਲੋਕਾਂ ਦੇ ਵਿੱਚ ਵਿਚ ਰਹੇ ਹਾਂ, ਪਰ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਨੇ ਸੀਵਰੇਜ ਨੂੰ ਲੈ ਕੇ, ਗੰਦੇ ਪਾਣੀ ਨੂੰ ਲੈ ਕੇ, ਕਿਵੇਂ ਉਹਨੂੰ ਹੱਲ ਕੀਤਾ ਜਾਵੇਗਾ? ਦੇਖੋ ਜੀ, ਇਹ ਤਾਂ ਮੈਂ ਕਹਿ ਸਕਦਾ ਵੀ ਹੱਲੇ ਕੰਮ ਜਿਹੜਾ ਵਾ, ਹੁਣ ਕੌਂਸਲਰ ਦੀਆਂ ਇਲੈਕਸ਼ਨਾਂ ਆ ਗਈਆਂ ਨੇ, ਜਦੋਂ ਸਾਡੇ ਮੇਅਰ ਬਣਨਗੇ ਤਾਂ ਹੀ ਕਾਰਪੋਰੇਸ਼ਨਾਂ ਦਾ ਕੰਮ ਹੋਊਗਾ। ਸੋ ਜਦੋਂ ਵੀ ਇਹ ਕੌਂਸਲਰਾਂ ਦੀਆਂ ਇਲੈਕਸ਼ਨਾਂ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਮੇਅਰ ਬਣਦੇ ਨੇ, ਇਸ ਕੰਮਾਂ ਨੂੰ ਸਾਰੇ ਨੂੰ ਜੰਗੀ ਪੱਧਰ 'ਤੇ ਰੱਖ ਕੇ ਆਪਾਂ ਕੰਮ ਕਰਵਾਵਾਂਗੇ। ਇਹ ਸਨ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਸ਼ਹਿਰੀ ਕਲਸੀ, ਜਿਨ੍ਹਾਂ ਨੇ ਕਿਹਾ ਕਿ ਸਾਡਾ ਉਮੀਦਵਾਰ ਬਣੇਗਾ ਜਲੰਧਰ ਵੈਸਟ ਦੇ ਵਿੱਚੋਂ, ਅਸੀਂ ਫਤਵਾ ਹਾਸਲ ਕਰਾਂਗੇ ਅਤੇ ਹੋਰ ਜਿਹੜੇ ਲੋਕਾਂ ਦੇ ਕੰਮ ਰੁਕੇ ਹੋਏ ਨੇ ਜਲਦ ਅਸੀਂ ਕਰਵਾਵਾਂਗੇ। ਜਲੰਧਰ ਤੋਂ ਕੈਮਰਾਮੈਨ ਰਾਜੂ ਦੇ ਨਾਲ ਅੰਕਿਤ ਜੁਨੇਜਾ, ਤੇਲਗਾ ਪੰਜਾਬੀ ਟੀਵੀ।